मेरे को ठीक है पैसे जरूर देने दो किलो जो जे लेने क्यों दे भाई मैं कोई खानी खाना घर दस पैसे तो अज देना अच्छा मैं तू माड़ा करता भाई तू मेरे चढ़ी जानी ना ये तो कहना मेरे घर आई मरी जाती है पिंडे पिंड के बंदे का हक होता मैं बोतल लगी जाती है मेरे घर आई मर जाए भाई दस रुपये तू कहना किला खाई जाना मेरा की है मैं तो कल सारी जमीन कल मैं नहीं दसना मुड़ के घर हूं तो तेन मैं दस ही जाना किला तीन किले दो किलो के पैसे रेंदे पैसे तो ले ले पैसे देख भाई जेडी हो जो मेरे नाल हो बेची बैठे हो गई कि मैं तेरी जमीन है मेरे बापू दे दा इनु पता नहीं जवाब दिया मैं बचा ले किले रे पैसे पहला कराया सीगा ठीक है गल सुन ला भाई ताही दा कुछ बनदा नहीं तेरा बोलना नहीं है गल्ली गल सुन ला गेरा पैसे तो ले लागे तो आ टाके फुल के मारू छच गल नहीं सुननी बात नहीं सुननी कल्ली रोन लग जांदी फुल दा तू दो मार ले इतना मारी बापू आपा दा छड़ गए बे देख पैसे लो चे ना लो मैंने तो इन देने पैने जो अगले ने बहाने मेरे नौकर आता चाहे लो चाहे ना लो पैसे जमीन आ देते तू पैसे दे मैं करा ए तो फड़ा आपके पैसे मैं मुंह नहीं दिता दिता पैसे देखो जी तीन किले नौ कराते बाकी रह गए नौ किले का एक कहना मैं कट्ठा सौदा करना भी बड़ा सरपंच च खड़ा होना देख लो कट्ठा नौ नौ सरीका दिया उंगला लाते बैड च मरदा हो पैसे का चक्कर है चल जा रहे चल वधिया बाकी ते ठीक होया कम कोई गल नहीं दो किले हम तू लैके दिखाई मेथों किला मैं क्या कोई गल नहीं बेच दांगे ओले च पहले सरपंच को पैसे है कोई गल नहीं हूँ नहीं दिता हूँ दो किले मतलब मैडम तू लै करो हूँ तो मैं लोड़ ही नहीं पैनी सीधी तनखा 60,000 रुपया आया करो घरे मतलब नज़ारे लै करा नज़ारे चल वधिया हो गया बाकी आ जा भाई आ जा तू लेट ही हो जानी है बापू मैं ये कहती सी पर केड़ा मैनू लेके आऊगा ये चाचा इत्थे फिर दें मेरा दिल बहुत दुखदा बैठी जानी जमीन काली ची ली जमीन मेरे को जमीन छोटी कितने नहीं जाती तुरत बेचता है मैं तेन ए दसदा जे तू इतो आ गई ना मैं सारी गल का पता है माठनी मूठनी स्कूल आली तू लिया घरे बाल बापू देख ला पापे तू गल मेरी गल सुन जे तेन नहीं तजर्बा आंदा तू तो आया बागी तू कोठे चढ़ के पै जा अज हथने लिया आए तो कितने सरपंच ले मिला हाथ फिर ले चल
ਚੱਕ ਹੋ ਗਈ ਗੱਲ ਲੈ ਬਾਪੂ ਭਾਵੇਂ ਤੂੰ ਵੀ ਇੱਥੇ ਰਹਿ ਪਾ ਆਹਾਂ ਜਾ ਕੇ ਲੁਕ ਜੋ ਜੇ ਉਦੋਂ ਬਾਅਦ ਨਾ ਕਰੇ ਬਾੜੀ ਤਾਂ ਮੈਨੂੰ ਕਹੇ ਸਰਪੰਚ ਕੀ ਕਹਿੰਦਾ ਸੀਗਾ ਵੱਡੂ ਮੈਂ ਕਹੀ ਨਾਲ ਵੱਡੂ ਉਹ ਪਈਆ ਕਹੀ ਗੱਲ ਮੈਂ ਤੇਰਾ ਘਰ ਬਸਾਉਣਾ ਚਾਹੁੰਦਾ ਪੱਟਨੇ ਕਹਿੰਦਾ ਮੈਂ ਜ਼ਮੀਨਾਂ ਤੋਂ ਕੀ ਕਰਾਂ ਫਿਰ ਤੂੰ ਰਹਿਣ ਦੇ ਕੁੜੀਏ ਮੇਰੇ ਨਾਲ ਦਾਣ ਨੂੰ ਹੋ ਜਣਾ ਸਿਆਪਾ ਪੈ ਜੇ ਆਪਾਂ ਦੇਖ ਲਈਏ ਤੂੰ ਮੇਰੇ ਤਾਂ ਵਿਆਹ ਵੀ ਨਹੀਂ ਹੋਰ ਹੋਣਾ ਮੈਨੂੰ ਤਾਂ ਇਸੇ ਨਾਲ ਤਾਂ ਮਸਾਂ ਵਿਆਹ ਦੀ ਗੱਲ ਕਰਦੀਆਂ ਤੂੰ ਆਹ ਜੱਪ ਤਾਂ ਦੇਖ ਲੈ ਤਾਂ ਕਹਣਾ ਮੈਂ ਤਾਂ ਵੱਡੂ ਮਾਸਟਰ ਨੇ ਨੂੰ ਮੈਂ ਤਾਂ ਨਹੀਂ ਛੱਡਦੀ ਇਹਨੂੰ ਕਾਲੋ ਜੀ ਇਹਦੀ ਵੀ ਇੱਕ ਲੱਤ ਵੱਢਦੀ ਤੂੰ ਫਿਰ ਤੂੰ ਐ ਵੱਡੂ ਇੱਕ ਆਹੋ ਹਾਂ ਤਜਰਬਾ ਕਰ ਲੈ ਅੱਜ ਤੂੰ ਇੱਥੇ ਰਹਿ ਕੇ ਦੇਖ ਇਹਦੇ ਕਹੇ ਚੱਲ ਚੰਗਾ ਪਾਪੇ ਰਹਿ ਜਾਨੀ ਤੂੰ ਵੀ ਰਹਿ ਜਾ ਮੈਂ ਕਹਿੰਦਾ ਮੈਂ ਵੀ ਰਹਿਣਾ ਮੈਂ ਤਾਂ ਬੈ ਵੀ ਤੜਕੇ ਜਾਉਂ ਚੰਗਾ ਤੂੰ ਫੜੀ ਇਹਨੂੰ ਉੱਤੇ ਰੰਗੇ ਇੱਥੇ ਆਹੋ ਜਲੂਸ ਕਰਦੀ ਪਾਪੇ ਤੋਂ ਕੋਈ ਦੇਖੀ ਤੇ ਫਿਰ ਕਰੋ ਲੋਕ ਜੋ ਹੁਣ ਪਤਾ ਨਹੀਂ ਲੱਗੇ ਹੁਣ ਤਾਂ ਲੱਗੇ ਬਾਗੇ ਪਿੰਡ ਫੇਰ ਇਹ ਕੰਮ ਉਹਦੇ ਆਉਣ ਤੋਂ ਪਹਿਲੇ ਹੀ ਨਾ ਆਪਾਂ ਵੀ ਵਗ ਜਾਈਏ ਆਪਾਂ ਉੱਪਰ ਬਹਿ ਜਾਣੇ ਹਾਂ ਚਲ ਉੱਪਰ ਹਾਂ ਹੁਣ ਆਏ ਲੋਕ ਨੂੰ ਉੱਤੇ ਜਾਣਾ ਨਹੀਂਗਾ ਚੁੱਪ ਕਰਕੇ ਇੱਥੇ ਐ ਕਰੀ ਸਰਪੰਚ ਆ ਫਿਰ ਤੂੰ ਸਾਨੂੰ ਜਿੰਦਾ ਲਾ ਦੀ ਬਾਹਰੋਂ ਪਤਾ ਨਹੀਂ ਲੱਗਣਾ ਨਾ ਹੋਵੇ ਬਾਹਰ ਨੂੰ ਜਿੰਦਾ ਲਾਗੀ ਹਾਂ ਐ ਕਰ ਦੂੰ ਹਾਂ ਫੋਨ ਮਾਰ ਦੂੰ ਤੈਨੂੰ ਮੈਂ ਕਰ ਦੂੰ ਫੋਨ ਮਾਰ ਦੇ ਯਾਰ ਤੂੰ ਯਾਦ ਰੱਖੀ ਕਿ ਜੇ ਤੂੰ ਆਵੇਂ ਨਾ ਅਸੀਂ ਅੰਦਰ ਹੀ ਬੈਠੇ ਰਹੀਏ ਆਏ ਕਿ ਬੈਠੂ ਜਦੋਂ ਘਰੇ ਗਾਰਡ ਲੈ ਮੈਂ ਜਿੰਦਾ ਵੀ ਖੋਲੂ ਆ ਕੇ ਮੈਂ ਪਿਛਲੇ ਪਾਸੇ ਜਾ ਜਾਈਏ ਨਾ ਕਦਮ ਜਾਣਦਾ ਹਾਂ ਸਾਡਾ ਨਾਲ ਹੀ ਜੁੜਦਾ ਹੀ ਹੈ ਘਰ ਅੱਛਾ ਉੱਥੇ ਜੁੜਦੇ ਨੇ ਚੱਲ ਪਾਪੇ ਉੱਪਰੇ ਚੱਲ ਪੰਜਾ ਕੰਮ ਤੂੰ ਵਧੀਆ ਕਰਿਆ ਤੂੰ ਜਿੱਥੇ ਤੇ ਜਾਓ ਮਾਰੇ ਕੋਠੇ ਅੱਜ ਨਹੀਂ ਛੱਡਦੀ ਅੱਜ ਇਹਨੂੰ ਲੰਘੇ ਥੀ ਫੜ ਕੇ ਨਾ ਕੰਜਰ ਨੂੰ ਵੜ ਦੋ ਚਾਹ ਪੀਣੀ ਸਰਪੰਚ ਨਾ 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 ਕਾਹੀ ਲੋੜ ਨਹੀਂ ਭਾਈ ਤੁਸੀਂ ਜਾਓ ਮੈਂ ਇੱਧਰ ਤੇ ਆਉਣਾ ਬਸ ਚੰਗਾ ਖੰਡ ਤਾਂ ਹੈ ਨਹੀਂ ਪੱਤੀ ਵਾਲੀ ਕਰ ਦਿੰਦੀ ਆ ਆ ਜਾ ਜੇ ਜੀ ਪਹਿਲਾਂ ਮੈਨੂੰ ਪਿਆਦੀ ਤੁਸੀਂ ਸਾਰੇ ਪਿੰਡ ਦੇ ਘਰੇ ਖੰਡ ਪਾਉਂਦੇ ਖੰਡ ਬਾਹਰ ਵੰਡ ਲੈ ਥੋੜੀ ਐ ਆ ਜਾ ਪਾਪੇ ਓਹੋ ਚੱਲ ਗਿਆ ਗਰਾ ਭਾਵੇਂ ਸ਼ਾਂਤੀ ਜਾ ਉਹ ਸੁੰਨ ਜਾ ਹੋਇਆ ਕਰ ਨਹੀਂ ਅੱਗੇ ਚੀਚੈ ਕਰੀ ਜਾਂਦਾ ਰਹਿੰਦੇ ਕਰ ਹੁਣ ਆਪਾਂ ਕੀ ਕਰੀਏ ਆਪਾਂ ਕੋਲੇ ਹਾਂ ਇਹ ਟਾਈਮ ਕਿੰਨਾ ਹੋ ਗਿਆ ਦੇਖਣ ਦੇ ਪਹਿਲਾਂ ਛੁੱਟੀ ਤਾਂ ਨਹੀਂ ਹੋ ਗਈ ਭੇ ਆ ਜੇ ਟਾਈਮ ਚੱਲ ਇਹਦੇ 12 ਹੀ ਵੱਜੇ ਛੁੱਟੀ ਉਹ 3 ਵਜੇ ਚੱਲ ਚੱਲੀ ਅੱਜ ਤਾਂ ਕੋਣ ਲਿਆਵਾਂਗੇ ਪੈਂਡ ਓਹੋ ਓਏ ਓਏ ਅੱਜ ਤਾਂ ਪ੍ਰਿੰਟ ਵੀ ਨਹੀਂ ਮਿਲਦੇ ਆਏ ਸਤਿ ਸ਼੍ਰੀ ਅਕਾਲ ਹੋਰ ਸੁਣਾ ਕਿਵੇਂ ਆ ਗੱਲ ਸੁਣ ਤੂੰ ਮੇਰੀ ਉਹ ਖੁਸ਼ਖਬਰੀ ਅੱਜ ਤੇ ਬਾਈ ਤਗੜੀ ਖੁਸ਼ਖਬਰੀ ਆ ਸਾਂਪ ਕਰਵਾਤੀ ਉਹ ਨਹੀਂ ਉਹ ਮੇਰੇ ਘਰ ਵਾਲੀ ਨਿਕਲ ਗਈ ਕਿਹਦੇ ਨਾਲ ਉਹ ਮੇਰਾ ਉਹ ਨਹੀਂ ਨਹੀਂ ਐ ਨਹੀਂ ਨਿਕਲੀ ਪਿਓ ਨਾਲ ਅੱਗੇ ਨਿਕਲੀ ਆ ਓਹੋ ਵੀ ਤੇਰਾ ਵੀ ਸਰਿਆ ਪਿਆ ਪਿਓ ਨਾਲ ਨਿਕਲਦਾ ਨਹੀਂ ਹੁੰਦੇ ਉਹ ਤਾਂ ਪੇਕੇ ਗਈ ਆ ਫਿਰ ਆਪਦੇ ਹਾਂ ਉਹੀ ਗੱਲ ਕਹਿੰਦਾ ਸੀ ਮੈਂ ਆਪ ਪੇਕੇ ਵਗ ਗਈ ਤੇ ਹੁਣ ਗੁੱਸਾ ਪੂਰਾ ਤੜਾ ਕੰਮ ਹੋ ਗਿਆ ਬਹੁਤ ਜਦੋਂ ਚੱਲਿਆ ਇਧਰੋਂ ਡਾਂਗਾ ਚੱਲੀਆਂ ਇਧਰੋਂ ਗੁੜਾਸੇ ਚੱਲੇ ਵੀ ਮੈਂ ਰੱਖਣੀ ਨਹੀਂ ਉਹ ਕਹਿੰਦੀ ਮੈਂ ਰਹਿੰਦੀ ਵੀ ਨਹੀਂ ਮੈਂ ਚੱਲ ਨਹੀਂ ਰਹਿੰਦੀ ਨਾ ਜਾ ਆਪਾਂ ਭੱਗ ਜਾ ਤੇ ਲੜਾਈ ਸੱਚ ਕਿਵੇਂ ਹੋਈ ਲੜਾਈ ਪਵਾਈ ਸਰਪੰਚ ਨੇ ਸਰਪੰਚ ਦਾ ਆਦਿਆ ਨੂੰ ਬਾਅਦ ਚਲਾਕ ਬਣੇ ਵੀ ਇਹਦੀ ਜ਼ਮੀਨ ਵੀ ਲੈ ਜੂੰਗਾ ਤੈਨੂੰ ਮੈਂ ਘਰੋਂ ਵੀ ਗੁੱਟਾ ਪਵਾਉਂਗਾ ਮੇਰਾ ਕੰਮ ਸੌਖਾ ਕਰਤਾ ਆ ਕੀ ਉਹਦੇ ਮੈਨੂੰ ਪਤਾ ਸੀ ਇਹਦੀ ਗੱਲ ਤੇ ਪਚਣੀ ਨਹੀਂ ਬਸ ਆਇਆ ਐਂ ਕਰਕੇ ਐਂ ਮਾਰਾ ਗੱਲਾਂ ਵੀ ਐਂ ਲੈ ਗਏ ਇੰਨੇ ਪੈਸੇ ਲੈ ਗਏ ਇਹਨੂੰ ਖਵਾ ਤੇ ਇਹਨੂੰ ਖਵਾ ਤੇ ਮੈਂ ਤੈਨੂੰ ਆਖਿਆ ਸੀ ਉੱਧਰ ਨਾ ਬੁਲਾ ਬਰਫੀ ਦੇ ਫਿਰ ਖਵਾਈ ਚੱਲ ਮੈਂ ਖਵਾਈ ਚੱਲ ਆਪਾਂ ਰੁਕੀ ਆ ਤੇ ਸਾਰੀਆਂ ਗੱਲਾਂ ਦੱਸਦੀਆਂ ਉਹਨਾਂ ਨੂੰ ਗੁੱਸਾ ਚੜ ਗਿਆ ਫੁੱਲ ਗੁੱਸਾ ਚੜਾਦਾ ਸਰਪੰਚ ਨੇ ਮੈਂ ਬਹੁਤ ਰੋਕਾ ਮੈਂ ਰੁਕ ਜਾ ਸਰਪੰਚ ਹੈ ਉਹਨੂੰ ਬਈ ਇਹਦੇ ਪੈਣੀਆਂ ਮੈਂ 2-4 ਛਿੱਤਰ ਪੈਂਦੀ ਰਹਿੰਦੀ ਆ ਮੈਂ ਆਪਾਂ ਦੇ ਉਹ ਨਹੀਂ ਮੈਂ 2-4 ਹੁੰਦੇ ਰਹਿੰਦਾ ਮਾਨਤਾ ਹੋਣਾ ਇਹਨਾਂ ਦਾ ਕੁਛ ਨਹੀਂ ਤੇ ਫਿਰ ਕੀ ਹੋਇਆ ਕਹਿੰਦਾ ਚੱਕਿਆ ਉਹਨਾਂ ਬੈਗ ਤੇ ਪਾ ਕੇ ਹੁਣ ਤੂੰ ਗੱਲ ਸੁਣਾ ਹੈ ਹੁਣ ਆਪਾਂ ਦੀ ਛੁੱਟੀ ਆ ਹੁਣ ਹੋਣ ਵਾਲੀ ਆ ਐਂ ਕਰ ਅੱਜ ਆਪਾਂ ਸਾਡੇ ਘਰੇ ਜਾਵਾਂ ਆਹੋ ਜੇ ਉਧਰ ਤੇਰੀ ਮੈਡਮ ਆ ਗਈ ਹੋਰ ਮੇਰੇ ਡਾਂਗਾ ਪਵਾ ਦੀ ਉਹ ਲੈ ਹੁਣ ਮੈਡਮ ਆਊ ਕਿੱਥੇ ਉਹ ਬਾਗੀ ਰੁੱਸ ਕੇ ਹੋਰ ਨਹੀਂ ਆਉਂਦੀ ਹੁੰਦੀ ਉਹ ਮੈਨੂੰ ਪਤਾ ਉਹ 5-7 ਦਿਨ ਰਹਿ ਕੇ ਆਉਂਦੀ ਹੁੰਦੀ ਆ ਜਿੰਨਾ ਚਿਰ ਉਹਦਾ ਗੁੱਸਾ ਠੰਡਾ ਨਹੀਂ ਹੁੰਦਾ ਨਾ ਉਹਨਾਂ ਚਿਰ ਆਉਂਦੀ ਨਹੀਂ ਹੁੰਦੀ ਮੈਨੂੰ ਪੱਕਾ ਪਤਾ ਮੈਂ ਉਮਰ ਹੋ ਗਈ ਮੈਨੂੰ ਕੱਟਦੀ ਨਹੀਂ ਐਵੇਂ ਥੋੜੇ ਚਿੱਟੇ ਧੌਲੇ ਆਈ ਜਾਂਦੇ ਆ ਚੱਲ ਫਿਰ ਉਹ ਤਾਂ ਜਾਣ ਵਾਲੀ ਤਾਂ ਗਈ ਤੇ ਫਿਰ ਮੇਰੇ ਸਾਂਪ ਦਾ ਕੀ ਬਣਿਆ ਉਹ ਸਾਂਪ ਵੀ ਦੇ ਦੂੰਗਾ ਰਾਣੀ ਹਾਰ ਬਣਾਦਾ ਪੈਂ ਸਾਂਪ ਨੂੰ ਰੋਈ ਜਾਂਦੀ ਇਹਦੇ ਤੇ ਨਾ ਮੇਰੇ ਤੋਂ ਕੋਲ ਖਾਲੀ ਪਈ ਹੈਗੀ ਤੇ ਆ ਪਾਈ ਬੈਠੀ ਆ ਪਾਈ ਬੈਠੇ ਇੰਨਾ ਕੋਈ ਪਾਈ ਉਹ ਸਾਪ ਦੀ ਜਗ੍ਹਾ ਤੇ ਐ ਕੋਈ ਗੱਲ ਨਹੀਂ ਇਹ ਵੀ ਆ ਤੇਰੀ ਜਗ੍ਹਾ ਤੇ ਪਵਾ ਲਾਂਗੇ ਕੋਈ ਗੱਲ ਤੂੰ ਐ ਕਰ ਆਪਾਂ ਚੱਲਦੇ ਛੁੱਟੀ ਕਿੰਨਾ ਟਾਈਮ ਰਹਿ ਗਿਆ ਛੁੱਟੀ ਤਾਂ ਅਜੇ ਪੈਣ 15-20 ਮਿੰਟ 15-20 ਮਿੰਟ ਪਏ ਚੱਲ ਫਿਰ ਕੁਛ ਨਹੀਂ ਮੈਂ ਐਕਟਰ ਨੂੰ ਕਹਿ ਦੇ ਵੀ ਚੱਲੇ ਇਸ ਜਾਂਦੇ ਆ ਵਿਆਹ ਕਰਾਂਗੇ ਫਿਰ ਚੱਲਾਂਗੇ ਤੂੰ ਹੁਣ ਮੇਰੇ ਨਾਲ ਵਿਆਹ ਕਰਾਏਂਗੇ ਨਹੀਂ ਵਿਆਹ ਜੇ ਵਿਆਹ ਤਾਂ ਚੱਲ ਮੈਂ ਕਰਵਾਵਾਂ ਪਰ ਜੇ ਉਹ ਆ ਗਈ ਵਿੱਚ ਫਿਰ ਉਹਨੂੰ ਤਲਾਕ ਦਿੱਤਾ ਉਹ ਤਲਾਕ ਕੀ ਸਮਝ ਲੈ ਇੱਕ ਤਰ੍ਹਾਂ ਦਾ ਸਾਡਾ ਤਾਂ ਇਹੀ ਤਲਾਕ ਹੋਇਆ ਨਾ ਬਸ ਐਂ ਮੁੜ ਕੇ ਆਉਂਦੀ ਨਹੀਂ ਹੁੰਦੀ ਰੁੱਸ ਕੇ ਮੈਂ ਜਾਣਾ ਨਹੀਂ ਉਹਨੇ ਆਉਣਾ ਨਹੀਂ ਬਸ ਐ ਤਲਾਕ ਹੀ ਸਮਝ ਮੈਨੂੰ ਲੱਗਦਾ ਕਹਿੰਦੇ ਤਾਂ ਹੁੰਦੇ ਨੇ ਕਿ ਪਿੰਡਾਂ ਵਾਲੀਆਂ ਸਿਆਰ ਹੁੰਦੀਆਂ ਨੇ ਉਹ ਸਿਆਰ ਚੂਰ ਕਿੱਥੇ ਆ ਮੋਟੇ ਦਿਮਾਗ ਦੀ ਆ ਭੈਣ ਦੇ ਜਿਹੜੇ ਨੂੰ ਪਤਾ ਮੋਟੇ ਦਿਮਾਗ ਦੀ ਆ ਉਹੀ ਲੱਗਦਾ ਤੈਨੂੰ ਵੀ ਮੋਟੇ ਦਿਮਾਗ ਦੀ ਆ ਬਹੁਤ ਪਿੰਗਲੀ ਜੀ ਸਿਆਰ ਆ ਮੋਟੇ ਦਿਮਾਗ ਦੀ ਵੀ ਆ ਨਾ ਛੋਟੇ ਦਿਮਾਗ ਦੀ ਵੀ ਆ ਉਹ ਗੱਲ ਉਹ ਪੜਕ ਦੇ ਨੇ ਮਾਰਦੀ ਪੁੱਤੇ ਇਹ ਮੈਨੂੰ ਪਤਾ ਐ ਬਹੁਤ ਮੇਰੇ ਜ਼ਿੰਦਗੀ ਤਬਾਹ ਕੀਤੀ ਵੀ ਇਹ ਮੇਰੇ ਕੋਲ ਉਹ ਰੋਜੇ ਨਾ ਹੁਣ ਤੂੰ ਗੱਲ ਬਹਿ ਕੇ ਦੱਸ ਬਹਿ ਕੇ ਤੂੰ ਮੇਰੀ ਜ਼ਿੰਦਗੀ ਆ ਜਾ ਮੇਰੀ ਜ਼ਿੰਦਗੀ ਖੁਸ਼ਹਾਲ ਕਰ ਦੇ ਉਹ ਨਰਕ ਨੂੰ ਮੇਰੀ ਜ਼ਿੰਦਗੀ ਚੋਂ ਕੱਢ ਦੇ ਉਹ ਤਾਂ ਭੱਜ ਕੇ ਕਰਵਾਇਆ ਸੀ ਵਿਆਹ ਉਹਦੇ ਨਾਲ
ਭੱਜ ਕੇ ਕਿਉਂ ਕਰਾਇਆ ਸੀ? ਕਿਰਾਏ ਤੇ ਰਾਮਦਾਰੀ ਨਾਲ ਹੀ ਸੀ, ਬਸ ਹੌਲੀ ਹੌਲੀ ਗਏ ਸੀ ਯਾਰ। ਬਸ ਮੈਨੂੰ ਕੀ ਪਤਾ ਸੀ ਜਾਂਦੇ ਤਾਂ ਸਾਰੀ ਹੌਲੀ ਨੇ। ਹੋਰ ਭੱਜ ਕੇ ਮੈਂ ਨੀ ਭੱਜ ਪੁੱਛ ਕੇ, ਪਰ ਮੇਰੇ ਬਾਪੂ ਨੇ ਯਾਰ ਉਦੋਂ ਐਂ ਕਰਤਾ, ਕਹਿੰਦਾ ਸੋਹਣੀ ਸੁਨੱਕੀ ਆ। ਮੈਨੂੰ ਕੀ ਪਤਾ ਸੀ ਸੋਹਣੀ ਸੁਨੱਕੀ ਆ ਗਲੀ, ਵੀ ਮੈਨੂੰ ਐਂ ਨੀ ਪਤਾ ਛੋਟੇ ਦਿਮਾਗ ਦੀ ਹੈ ਤੇ ਮੋਟੇ ਦਿਮਾਗ ਦੀ ਹੈ। ਛੋਟੇ ਦਿਮਾਗ ਦੀ ਆਈ ਹੁੰਦੀ ਹੈ। ਚੱਲ ਕੋਈ ਗੱਲ ਨੀ, ਉਹ ਇੱਕ ਉਹਦਾ ਬਾਪੂ ਵੀ ਆ ਵੀ ਸਿਆਣਾ ਮਨ ਆ, ਤੂੰ ਮਾੜਾ ਮੋਟਾ ਸਮਝਾ ਦੇ ਧੀ ਨੂੰ ਵੀ ਚੱਲ ਕੋਈ ਗੱਲ ਨੀ। ਦੋ ਭਾਂਡੇ ਆ ਖੜਕਦੇ ਰਹਿੰਦੇ ਘਰੇ, ਕਿੱਥੇ ਨਹੀਂ ਮੈਂ ਤਾਂ ਵੱਢਣੀਆਂ ਤੇਰੇ ਰੱਤਾਂ ਵੱਢਣੀਆਂ, ਐਂ ਕਰਨੀਆਂ ਐਂ ਕਰਨੀਆਂ। ਮੈਂ ਚੱਲ ਜਦੋਂ ਕਹਿ ਕੇ ਗਏ ਨਾ ਫਿਰ ਤਾਂ ਪੱਕਾ ਤੇਰੇ ਤੇ ਹੱਥ ਚੱਕਣਗੇ। ਉਹ ਹੱਥ ਕਿਵੇਂ ਚੱਕਣਗੇ, ਕਮਾਲ ਕਰੀ ਜਾਂਦੀ ਮੈਡਮ। ਤੂੰ ਵੀ ਸਮਝਦਾਰ ਆ, ਤੂੰ ਵੀ ਤੂੰ ਮੋਟੇ ਦਿਮਾਗ ਦੀ ਨਹੀਂ ਆ, ਤੂੰ ਸਮਝਦਾਰ ਆ। ਗੱਲ ਸੁਣ, ਹੁਣ ਲੜਾਈ ਹੋ ਗਈ, ਜਦੋਂ ਲੜਾਈ ਹੋ ਜਾਂਦੀ ਆਪਾਂ ਬੋਲਣ ਹਟ ਜਾਂਦੇ ਨਾ ਬੰਦੇ ਨਾਲ, ਬਸ ਐਂ ਸਮਝ ਲਾ ਹਟ ਗਏ ਉਹ ਬੋਲਣ। ਬਾਈ ਉਹ ਪੱਕੀ ਜਦਦੀ ਹੈ, ਮੈਨੂੰ 10 ਦਿਨ ਤਾਂ ਆਉਂਦੀ ਨਹੀਂ, ਮੈਨੂੰ ਪਤਾ ਜੇ ਵਗ ਜੇ। ਆਹੋ ਮੈਨੂੰ ਵੀ ਪਤਾ ਵੀ 10 ਦਿਨ ਆਉਂਦੀ ਨਹੀਂ, ਜੋ ਤੈਨੂੰ ਲੜ ਕੇ ਕੱਢੀ ਆ ਉਹਦੇ ਪੇਕੇ ਗਈ ਆ। ਹਾਂ ਬਈ ਉਹ ਸਰਪੰਚ ਨੇ ਪੱਕੇ ਕੰਮ ਹੀ ਕਰਤਾ ਸਰਪੰਚ। ਆਹੋ ਮੇਰੇ ਗੱਲ ਤੇਰਾ ਕੰਮ ਹੋਰ ਵੀ ਆਸਾਨ ਕਰ ਗਿਆ, ਉਹ ਤਾਂ ਸਕੀਮ ਲਾਉਂਦੇ ਲੈ ਗਿਆ ਸਰਪੰਚ ਲਾ ਗਿਆ। ਹਾਂ ਸਰਪੰਚ ਲਾ ਗਿਆ, ਸਰਪੰਚ ਤੇ ਆਪਦੇ ਆਪ ਨੂੰ ਪੜ੍ਹੀ ਲਿਖੀ ਆ। ਚੱਲ ਚਲਦੀ ਆ, ਚੱਲ ਚੱਲ ਮੈਂ ਮਾੜਾ ਜਾ ਦਫ਼ਤਰ ਚ ਕਹਿ ਦਾ। ਚੱਲ ਕਹਿ ਕੇ ਆ ਜਾ, ਬਸ ਜਲਦੀ ਆ ਜਾ। ਬਣਾ ਲੈ ਗੁੱਡਾ ਪਾਣੀ। ਚੱਲ ਪਾਪੇ ਆ ਜਾ, ਹੋਰ ਬਣਾ ਕੇ ਖਾਈਏ ਕੁਛ। ਆ ਜਾ ਅੰਦਰ ਆ ਜਾ, ਐਂ ਕਰਾਂਗੇ ਸਟੋਰ ਚ ਰੋਟੀ ਲਿਆਉਣੀ ਮੈਂ ਬਣਾ ਕੇ, ਉੱਥੇ ਖਾ ਕੇ ਉੱਥੇ ਲੁਕ ਜਾਾਂਗੇ। ਹੋਰ ਹੁਣ ਲੱਤਾਂ ਦੁਖਣ ਲੱਗ ਜਾਣਗੇ ਤੇਰੀਆਂ। ਹੈ ਬਾਪੂ ਰੋਟੀ ਖਾਈ ਨੂੰ ਵੀ ਘੰਟਾ ਹੋ ਗਿਆ, ਮੇਰੇ ਤਾਂ ਪਰੌਂਠੇ ਵੀ ਹਜਮ ਹੋ ਗਏ, ਫੇਰ ਭੁੱਖ ਲੱਗਣ ਲੱਗ ਗਈ ਦੂਰੀ ਵਾਰ। ਆਪਾਂ ਨੂੰ ਦੁਬਾਰੇ ਨਾ ਬਣਾਉਣੇ ਪੈ ਜਾਣ ਕਿਤੇ। ਚਲੋ ਤਾਂ ਦੇਖੀ ਜਾਓ, ਜੇ ਉਹ ਆ ਜਾਂਦਾ ਮਰਨਾ ਹਜੇ ਤੱਕ ਆਇਆ ਨੀ। ਚੱਲ ਦੇਖ ਤਾਂ ਲਈਏ ਆਪਾਂ ਬੈਠ ਕੇ। ਹੋਰ ਮੈਨੂੰ ਲੱਗਦਾ ਨਾ ਸਰਪੰਚ ਉਹੀ ਗੱਪ ਮਾਰ ਗਿਆ, ਉਹੀ ਸਾਡਾ ਘਰ ਪੱਟਣ ਨੂੰ ਫਿਰਦਾ। ਹਾਂ ਆਈ ਲੱਗਦਾ ਬਾਪੂ, ਨਹੀਂ ਆ ਜਾਂਦਾ ਕੋਈ ਜਨਾਨੀ ਲੈ ਕੇ, ਜੇ ਆਹੇ ਜਾਂਦਾ ਉਹ ਦੇਖਦਾ ਦੇਖਦਾ ਆਉਂਦਾ, ਉਹਨੂੰ ਕੋਈ ਡਰ ਤਾਂ ਹੈਗਾ ਹੀ ਅੰਦਰੋਂ ਨਾ? ਹੁਣ ਉਹਨੂੰ ਕੋਈ ਡਰ ਨਹੀਂ, ਉਹਨੂੰ ਪਤਾ ਤਾਂ ਹੈਗਾ ਵੀ ਆਪਾਂ ਭਾਗੇ। ਫੇਰ ਵੀ ਚੋਰ ਦੇ ਮਨ ਤੇ ਨਾ ਪਾਲਾ ਹੁੰਦਾ ਹੈ। ਹੈ ਭਾਵੇਂ ਉਹਨੂੰ ਆਈ ਹੈ ਭਾਗੇ ਤੇ ਫਿਰ ਜਿਹੜਾ ਹੁਣ ਚੋਰੀ ਦਾ ਆਪਾਂ ਤੋਂ ਗਲਤ ਕੰਮ ਕਰ ਰਿਹਾ ਹੈ। ਹਾਂ ਪਿੰਡਾਂ ਨੇ ਤਾਂ ਚੋਰੀ ਹੀ ਲਿਆ, ਗੱਲ ਕੋਲ ਕੋ ਵੀ ਲਿਆਉਂਦਾ ਕੋਈ ਗੱਲ ਨਹੀਂ, ਆਊ ਤਾਂ ਸਹੀ ਬੱਖੀਆਂ ਤੋੜਦੀ ਪਾਪੇ, ਬੱਖੀਆਂ ਤੋੜਦੀ ਦੇਖੀ ਗਈ ਤੂੰ, ਉੱਪਰ ਬਹਿ ਜੀ ਛੱਡੀ ਨਾ ਕੰਜਰ ਨੂੰ, ਬਸ ਮੈਂ ਲਾਉਂ ਥਾਪੜੇ ਗੱਲਾਂ ਤੇ ਬਸ ਠੀਕ ਆ। ਕੱਪੜੇ ਕੁਪੜੇ ਮੈਂ ਤਾਂ ਜੇ ਪਾੜੀ ਗਈ ਆ, ਪਰ ਕੋ ਭੱਜੇ ਦਾ ਪਤਾ ਹੀ ਨਹੀਂ ਲੱਗੇ। ਕੱਪੜੇ ਤਾਂ ਰਹਿੰਦੀ ਪਾਪੇ, ਕੱਪੜੇ ਨਾ ਪਾੜੀ, ਹੋਰ ਫਿਰ ਮੈਨੂੰ ਲੈ ਕੇ ਹੀ ਦੇਣੇ, ਮੈਨੂੰ ਲੈ ਕੇ ਦੇਣੇ ਪੈਂਦੇ ਨੇ, ਸਮਿਆਈ ਇੰਨੀ ਨਹੀਂ ਦਿੰਨੀ ਆ ਮੈਂ ਤਾਂ ਮਨ ਪੱਕੀ। ਇੰਨਾ ਟਾਈਮ ਹੋ ਗਿਆ ਤਾਂ ਜਾਣਾ ਚਾਹੀਦਾ ਸੀ ਹਨਾ। ਹੋਰ ਮੇਰੇ ਤਾਂ ਅੱਖਾਂ ਦੁਖਣ ਲੱਗ ਗਈਆਂ, ਗੇਟ ਕਿ ਨਹੀਂ ਝਾਕ ਝਾਕ ਕੇ ਦੇਖਦੀ ਨੀ ਮੈਂ ਹੁਣ, ਬਸ ਫੇਰ ਆਊਗਾ, ਦੇਖਦੀ ਨੀ ਮੈਂ ਤਾਂ। ਜੇ ਆਪਾਂ ਦੁਬਾਰੇ ਚਾਹ ਪਾਣੀ ਬਣਾਉਣ ਲੱਗੇ ਤੇ ਫਿਰ ਉਧਰੋਂ ਚਾਹ ਪਾਣੀ ਹੁਣ ਕਿੱਥੇ ਚਾਹ, ਮੈਂ ਤਾਂ ਉਹ ਨੀਟੂ ਕੇ ਪਹਿਲਾਂ ਇੰਨੀ ਕੁ ਭੋਰੀ ਖੰਡ ਦੀ ਮੰਗ ਕੇ ਲਿਆ ਕਿ ਮਸਾਂ ਕਰੀਏ, ਤੂੰ ਫੇਰ ਪਾਪੇ ਚਾਹ, ਤੂੰ ਤਾਂ ਆਪ ਉਹੀ ਉਹੀ ਫਿਰ ਅਮਲੀ ਵਾਲੀਆਂ ਗੱਲਾਂ ਕਰੀ ਜਾਂਦਾ ਤੂੰ। ਚਲ ਆਪਾਂ ਤਾਂ ਫਿੱਕੀ ਪੀ ਲੈਂਦੇ, ਖੰਡ ਖੁੰਡ ਨੂੰ ਕੀ ਫਿੱਕੀ ਚੰਗੀ ਲੱਗਦੀ, ਫਿਰ ਨਾਲੇ ਦੁੱਧ ਘੱਟ ਜੂਗਾ। ਤੂੰ ਨਾ ਪੀ ਫਿਰ ਦੁੱਧ ਘੱਟਦਾ, ਹੱਥਾਂ ਨੇ ਲੱਸੀ ਰਿੜਕਦੇ ਤੜਕੇ ਜਮਾਉਣਾ ਵੀ ਹੁੰਦਾ। ਹੋਰ ਮੇਰਾ ਨਹੀਂ ਖਿਆਲ ਰੱਖਦੀ, ਆਪਦੇ ਰੌਲਾ ਪਾਈ ਜਾਂਦੀ, ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਬਲਾ ਮੈਂ ਕੀ ਖਿਆਲ ਰੱਖਾਂ ਪਾਪੇ ਦਾ, ਤਾਂ ਮੈਨੂੰ ਡੋਬਤਾ ਹੈ, ਤੂੰ ਤਾਂ ਸਮੁੰਦਰ 'ਚ ਡੋਬਤਾ, ਮੈਨੂੰ ਨਹਿਰ ਨਹੀਂ ਥੀ ਆਈ, ਤੈਨੂੰ ਕੋਈ ਨਹਿਰ 'ਚ ਧੱਕਾ ਦੇ ਦਿੰਦਾ, ਇੱਦਾਂ ਤੂੰ ਮੈਨੂੰ ਸਮੁੰਦਰ 'ਚ ਡੋਬਤਾ ਨਿਕਲਿਆ, ਉਹ ਵੀ ਗੱਪ ਮੈਨੂੰ ਫੇਰ ਪਾ ਕੇ ਰੱਖਤਾ। ਉਹ ਤਾਂ ਕਹਿੰਦਾ ਹਾਂ ਰਹਿ ਜਾ ਰਹਿ ਜਾ, ਮੈਂ ਕਿਹਾ ਸੀ ਮਾਂ ਬਗ ਚੱਲਦੇ ਆ, ਨਾਲੇ ਸਰਪੰਚ ਦੀ ਸੁਣਦਾ ਫਿਰ ਤੂੰ ਪਾਪੇ। ਸਾਰੇ ਧੀਆਂ ਦਾ ਵਿਆਹ ਕਰਦੇ ਮੈਂ ਤੈਨੂੰ ਡੋਬ ਕੀ ਦਿੱਤਾ? ਤੈਂ ਵਿਆਹ ਨਹੀਂ ਕਰਿਆ ਪਾਪੇ, ਤੈਂ ਤਾਂ ਮੇਰੀ ਨਾ ਜ਼ਿੰਦਗੀ ਬਰਬਾਦ ਕਰਤੀ, ਬਰਬਾਦ ਬਰਬਾਦ ਜਮੀ ਜ਼ਿੰਦਗੀ ਬਰਬਾਦ ਕਰ। ਮੈਂ ਤਾਂ ਮੇਰੀ ਵੀ ਹੋ ਗਈ, ਮੈਂ ਵੀ ਵਿਆਹ ਕਰਾਇਆ ਐ। ਐ ਜੇ ਕੋਈ ਅਗਲਾ ਆਪਦਾ ਡੰਗਰ ਵੇਚਦਾ ਨਾ, ਉਹ ਵੀ ਦੇਖ ਦੂਖ ਕੇ ਪਾਲ ਕੇ ਫੇਰ ਵੇਚਦਾ, ਤੇ ਮੈਨੂੰ ਡੰਗਰਾਂ ਨਾਲ ਵੀ ਮੇਰੇ ਨਾਲ ਭੈੜੀ ਕਰਤੀ। ਉਹ ਤਾਂ ਨਾ ਨਿਗਾਹ ਨਹੀਂ ਰੱਖੀ ਉਸ ਦੀ, ਮਾੜਾ ਮੋਟਾ ਤੂੰ ਵੀ ਅੱਗਾ ਪਿੱਛਾ ਕਰਦੇ ਨਹੀਂ, ਬੁੜੀਆਂ ਤਾਂ ਐਡੀਆਂ ਸ਼ਹਿਰ ਹੁੰਦੀਆਂ। ਹਾਂ ਬਥੇਰਾ ਅੱਗਾ ਪਿੱਛਾ ਬਥੇਰਾ ਰੋਈ ਆ ਮੈਂ, ਤਾਂ ਆ ਮੈਂ ਕੀ ਕਰਾਂ, ਮੈਂ ਤਾਂ ਫਸੀ ਬੈਠੀ ਆ ਬਸ ਹੁਣ। ਕਿਸੇ ਨੂੰ 10 ਰੁਪਏ ਦੇ ਕੇ ਉਹਦੀ ਲੱਤ ਗਿੱਡਾ ਵਧਾ ਦਿੰਦੀ, 10 ਰੁਪਏ ਨਾਲ ਕਿੱਥੇ ਕੋਈ ਲੱਤਾਂ ਵੱਢਦਾ, ਟੋਫੀਆਂ ਨਹੀਂ ਹੁੰਦੀਆਂ 10 ਦੀਆਂ। 10 ਤਾਂ ਕਹਿਣ ਤੇ ਹੁੰਦੇ ਨੇ, ਪੈਸੇ ਮੈਨੂੰ ਕੌਣ ਫੜਾਉਂਦਾ, ਮੈਨੂੰ ਕਿੱਥੇ ਫੜਾਉਂਦਾ ਪੈਸੇ, ਜਨਾਨੀਆਂ ਨੂੰ ਖਵਾਉਂਦਾ, ਮੇਰੇ ਕੋਲ ਪੈਸੇ ਕਿੱਥੋਂ ਆ ਗਏ? ਮੈਂ ਜੇ ਮੈਂ ਉੱਥੇ ਜਾਂਦੀ ਕੋਈ ਰੱਖਣੇ ਰੁਕਣੇ ਤੇ ਉਹ ਮੇਰੇ ਤੋਂ ਆਉਂਦੀ ਆਉਂਦੀ ਤਾਂ ਖੋਲ ਲੈਂਦਾ, ਮੇਰੇ ਕੋਲ ਪੈਸੇ ਕਿੱਥੇ ਆਉਂਦੇ ਨੇ? ਸਰਪੰਚ ਕਿੰਨੀ ਹਮਦਰਦੀ ਕਰਦਾ ਇਹ ਜੇ ਕੋਈ ਲੈ ਕੇ ਬਿਠਾ ਦਿੰਦੀ ਗਿੱਟਾ, ਫਿਰ ਮੈਂ ਮੋੜੂ ਕਿੱਥੋਂ, ਨੱਕ ਵੱਢੀ ਜਾਂਦੀ ਆ। ਕੱਲ ਨੂੰ ਜੇ ਇਹ ਸਰਪੰਚ ਬਣ ਗਿਆ ਟਿੰਡਾ ਜਾ, ਫਿਰ ਅਗਲਾ ਕਹੂਗਾ ਸਾਡੇ ਪੈਸੇ ਦੱਬ ਗਏ। ਸਰਪੰਚ ਬਣੂਗਾ ਤੀਵੀਆਂ ਤੋਂ ਕੁੱਟ ਖਾਂਦਾ ਫਿਰਦਾ ਇਹ ਸਰਪੰਚ ਬਣੂਗਾ। ਪਰ ਮੈਂ ਬਣੂ ਸਰਪੰਚ ਨਹੀਂ ਇਥੇ, ਮੈਂ ਖੜ ਜਾ ਵੋਟਾਂ 'ਚ। ਤੈਨੂੰ ਤਾਂ ਮੇਰੇ ਖਿਆਲ ਬੈਠੀ ਨੂੰ ਸਰਪੰਚ ਨਹੀਂ ਬਣਾ ਦੇਣਗੇ। ਸਹੀ ਗੱਲ ਆ ਤੇਰੀ, ਆ ਪਹੁੰਚ ਬਹੁਤ ਆ ਮੇਰੀ,
चुप कर चुप कर सुन लूगा जी वो आ गया बापू वो आ गया मसा तेरे चरण पाए साडे घरे पाया मसा आई है तू भी बहुत मिन्नत कराईया मेरिया मिन्नत की ओ शिपकली जी घरे तो हुंदी सीगी खड़का है कभी हो जाता है मेनू लगता है अंदर खड़खड़ जी तो हो रही है कि नहीं है नहीं ओदा मुंह चूहे चूहे हुंदे चूहे बाड़े हड्डे ते पए ओ लियाउणे दवाई भुल गई मैं परसों दी मंगाई जंदी मेनू कहदा चूहे वाली दवाई ला ले ओ मैं नहीं गया बस होर सुना तू तेरे तन्ना ना गल सुन तू मेरे तेरे परिवार च कौन कौन मम्मी डैडी है किधरे मम्मी डैडी पूरी फैमिली है साडी पूरी फैमिली ते मन जाणगे मैं ना ब्याह कराउणे पुछना पऊगा मुंडा छोटी उम्र दा सी तेन मेरे घर मिलिया सौ घर तो एक घर डैन भी छड़ दंदी आ सच्ची गल हो गई सरपंच जी भी जिहड़ियां गल्लां करदा सी ने भी खंड बणदा ऐ करदा सच्ची गल हो गई देख ला बापू बापू मार दे मैं तां कहनी आ कट दे इहदा कालज अज छड्डी ना इहनू मेरे बैरी नू बन के कुटांगे ते देखी जाऊगी हाय हाय बापू हाय तलाक लैण नू कहंदा बेड़ा बैठिया रे ब्याह कदों कराया सी तू मर जे तेरे कीड़े पैण प्लास्टिक दे कोई डाक्टर भी ना कड्डे हैं जेड़ा कड्डे ओदे भी नाले पै जाण बे मरनिया अंदर बह के गल्लां करते परांदर देख के मैं लग गया मेरा घर घर तो बहुत सोहना हैगा बस अज तो तेरा ही है मेरा नहीं है बस तेरा ही है ठीक है जी मेरा ही है घर ते पर ओह सुसनी जी किते फिर ना आ जे ओ पैन दे जरा किन्ने वारी समझाया सारा मूड दी सत्यानाश कर दियो नाम ले ओदा नाम ते लै आना कर मेरे सामने मतलब जहर वरगे लै दे जहर पता नहीं हुंदा जनानी दा ਕਦੋਂ ਬਦਲ ਜੇ ਉਹ ਤੂੰ ਯਾਦ ਕਰੀ ਜਾਏਂਗੇ ਨਾ ਉਹ ਪ੍ਰਗਟ ਹੋ ਜੂ ਇਹ ਜੀ ਆ ਉਹ ਉਹਨੂੰ ਕੋਈ ਯਾਦ ਕਰਦਾ ਨਾ ਉਹਦੀ ਹਾਇਆ ਉਹ ਲੋਕ ਉਹਦੀ ਕਹਿੰਦੇ ਤੂੰ ਲੱਤਾਂ ਘਸਾ ਕੇ ਮਰੇ ਗੋਡੇ ਘਸਾ ਕੇ ਮਰੇਗੀ ਤਾਂ ਕਹਿੰਦਾ ਉਹ ਨਾ ਕਰ ਯਾਦ ਹੋਰ ਬਾਹਲੀ ਉਮਰ ਆਦੀ ਤੂੰ ਯਾਦ ਨਾ ਕਰ ਉਹਨੂੰ ਚੱਲ ਛੱਡ ਪਰੇ ਮੈਂ ਕੀ ਲੈਣਾ ਤੂੰ ਹੋਰ ਤੂੰ ਯਾਦ ਕਰਕੇ ਕੀ ਕਰਨਾ ਤੂੰ ਐਂ ਦੱਸ ਖਾਣਾ ਕੀ ਹੈ ਹੁਣ ਦੱਸ ਸਮੋਸੇ ਖਾਣੇ ਆ ਬ੍ਰੈਡ ਖਾਣੇ ਆ ਬਰਫੀ ਖਾਣੇ ਆ ਜਾਂ ਉਹ ਗੋਆ ਟਿੱਕੀ ਖਾਣਾ ਤੇ ਉਹ ਦੱਸ ਖਾਣਾ ਕੀ ਹੈ ਮੈਂ ਤਾਂ ਕੁਛ ਨਹੀਂ ਖਾਣਾ ਹੈਗਾ ਲੱਸੀ ਕਰਤੀ ਲੱਸੀ ਕਰਤੀ ਅੱਗੇ ਜਦੋਂ ਖਾਣਾ ਹੀ ਨਹੀਂ ਹੈਗਾ ਭੁੱਖੇ ਨਹੀਂ ਹੈਗੀ ਕਿਉਂ ਭੁੱਖ ਲਵਾਣਾ ਨਹੀਂ ਲੱਗਦੀ ਭੁੱਖ ਹੁਣ ਤਾਂ ਮੈਂ ਰੋਟੀ ਖਾ ਕੇ ਆਈ ਹਾਂ ਹਜੇ ਹੈ ਰੋਟੀ ਖਾ ਵੀ ਆਈ ਹੋਰ ਤੇ ਮੇਰੇ ਵਾਸਤੇ ਲਿਆਉਂਦੀ ਮੈਂ ਭੁੱਖਾ ਮਰੀ ਜਾਣਾ ਲੈ ਜੇ ਮੈਨੂੰ ਪਤਾ ਹੁੰਦਾ ਦੋ ਪਰੌਂਠੇ ਤੇਰੇ ਲਿਆਉਂਦੀ ਮੈਂ ਉਹ ਫਿਰ ਤਾਂ ਲੰਡੂ ਪਿਆਰ ਹੋਇਆ ਦੱਸ ਕੇ ਚੀਜ਼ ਮੰਗਾਈ ਤੇ ਮੰਗਾਈ ਕੇ ਤੂੰ ਬਸ ਐਂ ਕਹਿ ਵੀ ਮੈਂ ਲੈ ਕੇ ਜਾਣੇ ਦੋ ਪਰੌਂਠੇ ਉਹਦੇ ਵਾਸਤੇ ਦੋ ਮੇਰੇ ਵਾਸਤੇ ਆਪਾਂ ਦੋਨੇ ਖਾਵਾਂਗੇ ਬਹਿ ਕੇ ਦਹੀਂ ਨਾਲ ਦੇਖੋ ਸਬਜ਼ੀ ਹੈ ਅੱਛਾ
ਚੱਲ ਮੈਂ ਅੱਜ ਤਾਂ ਮੈਨੂੰ ਪਤਾ ਨਹੀਂ ਸੀ ਮੈਂ ਕੱਲ ਤੋਂ ਲਿਆ ਕਰੂ ਆ ਨਾਲ ਸੱਚ ਮੇਰੇ ਸੂਟ ਨਾਲ ਦੀ ਤੂੰ ਵੀ ਪੱਗ ਜੀ ਬੰਨੀ ਫਿਰਦਾ ਉਹ ਫਿਰ ਮੈਚਿੰਗ ਕਰਨੀ ਆ ਮੈਂ ਤੂੰ ਦੀ ਪਤਾ ਲੱਗ ਜਾਂਦਾ ਮੈਨੂੰ ਤੇ ਉਹਦੀ ਪਤਾ ਲੱਗ ਗਿਆ ਹਾਂ ਵੀ ਅੱਜ ਉਹ ਸੂਟ ਪਾ ਕੇ ਆਊ ਤੇ ਮੈਂ ਉਹਦੀ ਨਾਲ ਦੀ ਨਾਲ ਮੈਚਿੰਗ ਕਰ ਲੈਣਾ ਇਹ ਦਵਾਈ ਜੀ ਕੌਣ ਲੈਂਦਾ ਆ ਗੋਲੀਆਂ ਆਈਆਂ ਪਈਆਂ ਨੇ ਉਹ ਕਿਤੇ ਤੇਰੀ ਮੈਡਮ ਜੀ ਤਾਂ ਨਹੀਂ ਖਾਂਦੀ ਇਹ ਕੀ ਪਤਾ ਯਾਰ ਉਹ ਸਿਰ ਸੁਰ ਦੁੱਖ ਲੱਗੇ ਨਾ ਤਾਂ ਕੋਈ ਲੈ ਲੈਂਦੀ ਆ ਇਹ ਖਾਂਦੀ ਆ ਇੱਥੇ ਡੇਗੀ ਰੱਖਦੀ ਆ ਦੇਖ ਲਾ ਐਂ ਗੰਦ ਪਾਈ ਰੱਖਦੇ ਤਾਂ ਇਹ ਜੀ ਉਹ ਤਲਾਕ ਦੇਣ ਨੂੰ ਜੀ ਕਰਦਾ ਤਾਂ ਇੱਥੇ ਹੋਰ ਗੰਦ ਪਾਉਂਦੇ ਨਾ ਸਫਾਈ ਕਰਦੇ ਆ ਤੇ ਤੁਹਾਡੇ ਘਰੇ ਮੈਂ ਗਿਆ ਸੀ ਇੱਕ ਦਿਨ ਦੇਖਿਆ ਸੀ ਕਹਿੰਦਾ ਬਾਹਲੀ ਸਫਾਈ ਆ ਤੁਹਾਡੇ ਘਰੇ ਫਿਰ ਅਸਤਾ ਕੰਮ ਵਾਲੇ ਲਾ ਕੇ ਰੱਖੇ ਹੋਏ ਨੇ ਨਾ ਫਿਰ ਆਪ ਨੂੰ ਤਾਂ ਟਾਈਮ ਨਹੀਂ ਲੱਗਦਾ ਤੂੰ ਆਪ ਕਰਦੇ ਨਹੀਂ ਕੰਮ ਮੈਂ ਨਹੀਂ ਕੰਮ ਕੰਮ ਕਰਦੀ ਸੱਚੋ ਨਾ ਵੀ ਮੇਰੇ ਤੇ ਰੋਟੀ ਵਾਲੀ ਵੀ ਲੱਗੀ ਹੋਈ ਹੈ ਝਾੜੂ ਪੋਚੇ ਵਾਲੀ ਵੀ ਲੱਗੀ ਹੋਈ ਹੈ ਫਿਰ ਇਹਦਾ ਮਤਲਬ ਮੈਨੂੰ ਕਰਨਾ ਪੈਣਾ ਤੇ ਨਾ ਚਲ ਕੋਈ ਗੱਲ ਨਹੀਂ ਆਪਾਂ ਨੌਕਰ ਰੱਖ ਲਾਂਗੇ ਤੇਰਾ ਕੋਈ ਗੱਲ ਨਹੀਂ ਆਪਾਂ ਤਨਖਾਹ ਕਿੰਨੀ ਆਉਂਦੀ ਤੈਨੂੰ 75000 ਸੈਲਰੀ ਹੈ ਮੇਰੀ 75000 ਫਿਰ ਇਹਦਾ ਮਤਲਬ ਹੋ ਗਿਆ 12 ਕਿੱਲਿਆਂ ਦਾ ਠੇਕਾ ਆਇਆ ਕਰੂਗਾ ਠੀਕ ਆ ਉਹ ਚ ਭਾਂ 10000 ਕੱਢਦੇ ਦੋ ਨੌਕਰਾਂ ਦਾ 65000 ਤਾਂ ਵੀ ਬਚਿਆ ਕਰੂ ਐ ਸਮਝ ਲਈ 12 ਕਿੱਲੇ ਬੇਕਾਰ ਬਾਣ ਆ ਗਿਆ ਨਾਰਮਲ ਜਿਹਾ ਤੇ ਉਹ ਟਿੱਬੇ ਵਾਲਾ ਬਾਣ ਉਹ 65000 ਨੂੰ ਲੱਗਦਾ ਬਸ ਐ ਸਾਨੂੰ 12 ਕਿੱਲੇ ਟਿੱਬੇ ਆ ਚੱਲ ਕੋਈ ਗੱਲ ਨਹੀਂ ਓਹੋ ਕਿਹੜੀਆਂ ਗੱਲਾਂ ਚ ਪੈ ਗਏ ਉਹ ਮੈਂ ਤਾਂ ਐ ਸੋਚੀ ਨਾ 12 ਕਿੱਲਾ ਠੇਕਾ ਆਉਣ ਲੱਗ ਗਿਆ ਹੁਣ ਤੇ ਬਸ ਉਹਨੂੰ ਤਲਾਕ ਹੀ ਦੇ ਦੂੰ ਹੁਣ ਤੇ ਮੈਂ ਉਹਦਾ ਨਜ਼ਾਰੇ ਨਾਲ ਹਾਇਆ ਕਰ ਉਹ ਭਾਈ ਤੇ ਉਹ ਮੈਨੂੰ ਤਲਾਕ ਦਿੰਨਾ ਮੇਰੇ ਤੇ ਬੇਟਾ ਨਹੀਂ ਆ ਉਹ ਕਿਵੇਂ ਨਾ ਤੂੰ ਸੋਚਦੀ ਹੈ ਤੂੰ ਐ ਬੈਠੀ ਆ ਉਹ ਗੱਲ ਸੁਣ ਇਹਨੂੰ ਪੁੱਛ ਲੱਗ ਇਧਰ ਦੇ ਇਧਰ ਕਾ ਲੱਗਦੀ ਹੈ ਉਹ ਗੱਲ ਸੁਣ ਗੱਲ ਕੀ ਹੋ ਗਈ ਹੈ ਗੱਲ ਕੀ ਬੈਠਾ ਨਹੀਂ ਗੱਲ ਸੁਣ ਬਾਪੂ ਗੱਲ ਦੱਸ ਹਾਂ ਗੱਲ ਕੀ ਦੱਸਾਂ ਮੈਂ ਤੈਨੂੰ ਤੈਨੂੰ ਸ਼ਰਮ ਨਹੀਂ ਆਉਂਦੀ ਤੇਰੀ ਆਪਦੀ ਘਰ ਵਾਲੀ ਆ ਬੈਠੇ ਜੂੰਦੀ ਜਾਗਦੀ ਹਾਂ ਤੂੰ ਪਰ ਤੂੰ ਕੀ ਕਰ ਗਈ ਕਿੱਥੇ ਭੱਜ ਤੂੰ ਇੱਥੇ ਕਿਵੇਂ ਆ ਗਈ ਉਹ ਗੱਲ ਸੁਣ ਇਹ ਤਾਂ ਸਰਬਾ ਕਰਨ ਆਈ ਆ ਅੱਛਾ ਇਹ ਜੇ ਕਿਹੜੇ ਸਰਬੇ ਨੇ ਬਈ ਜਿਹਦੇ ਘਰ ਚ ਕੱਲਾ ਬੰਦਾ ਹੁੰਦਾ ਵੀ ਉਸੇ ਦੇ ਸਰਬੇ ਹੁੰਦਾ ਉਹ ਪੁੱਛਦੀ ਸੀ ਵੀ ਤੇਰੇ ਘਰ ਵਾਲੀ ਕਿੱਥੇ ਗਈ ਹੈ ਸਾਰੇ ਕੋ ਪੁੱਛਦੇ ਮੈਂ ਚਲ ਕੋਈ ਗੱਲ ਨਹੀਂ ਮੈਂ ਬਾਹਰ ਧੁੱਪ ਵਾਲੀ ਆ ਅੱਛਾ ਐ ਬੱਡਾ ਤੇ ਐ ਪੈ ਪੈ ਕੇ ਸਰਬੇ ਹੁੰਦੇ ਨੇ ਇਹਦੇ ਬਾਪ ਨੇ ਦਾਸ ਦਿੱਤਾ ਬੱਡੇ ਨੂੰ ਉਹ ਤਾਂ ਮੈਂ ਉਹ ਬਿਠਾ ਰਿਹਾ ਯਾਰ ਹੁਣ ਤੇਰੇ ਹੁਣ ਤਾਂ ਤੂੰ ਤਲਾਕ ਦੀਆਂ ਗੱਲਾਂ ਕਰੀ ਜਾਂਦਾ ਜੂਨ ਸਰਬੇ ਦੀਆਂ ਗੱਲਾਂ ਉਹ ਬਾਪੂ ਤਲਾਕ ਨਹੀਂ ਇਹਨੂੰ ਥੋੜੀ ਕਹਿੰਦਾ ਇਹ ਘਰ ਵਾਲੇ ਨੂੰ ਆਖਦੇ ਮੈਂ ਤਲਾਕ ਇਹ ਕਹਿੰਦੇ ਮੈਂ ਉਹ ਯਾਰ ਗੱਲ ਸੁਣ ਲਓ ਮੇਰੀ ਗੱਲ ਸੁਣ ਪਹਿਲਾਂ ਬਾਪੂ ਗੱਲ ਸੁਣ ਇਹਦਾ ਵਿੱਚ ਇਹ ਦੱਸਾਂ ਵਿਚਾਰੇ ਦੇ ਬਹੁਤ ਦਰਦ ਉਹ ਗੱਲ ਸੁਣ ਲੈ ਉਹ ਗਾ ਇਸ ਨੂੰ ਹੋਰ ਕੰਮ ਹੀ ਨਹੀਂ ਕੋਈ ਬਿਸਕੁਟ ਲੈ ਮਾਰ ਲੈ ਕੁੱਟ ਲੈ ਮਾਰ ਬਸ ਇੱਕ ਕੰਮ ਕਰ ਬਾਪੂ ਗੱਲ ਸੁਣ ਲੈ ਉਹ ਹੀ ਤਾਂ ਉਹ ਦਰਦ ਦੱਸਦਾ ਦਰਦ ਕਿੰਨਾ ਡੂਗਾ ਦਰਦ ਆ ਉਹਦਾ ਤੂੰ ਗੱਲ ਨਹੀਂ ਸੁਣਦੀ ਸੁਣਾ ਗੱਲ ਇਹ ਹੈ ਵਿਚਾਰੇ ਦਾ ਬੜਾ ਦਰਦ ਹੈ ਇਹਦੇ ਘਰ ਵਾਲਿਆਂ ਨਾ ਵਿਚਾਰਾ ਚੂਸਦੀ ਰੇੜੀ ਲਾਉਂਦਾ ਸੀ ਤੇ ਨਾਲ ਇੱਕ ਕੰਜਰ ਨੂੰ ਨਾ ਬਾਲੀ ਗੰਦੀ ਬਿਮਾਰੀ ਸੀ ਉਹਨੂੰ ਦਾਰੂ ਪੀਂਦਾ ਸੀ ਪਊਆ ਲਾਉਂਦਾ ਸਾਰਾ ਦਿਨ ਪਹਿਲਾਂ ਪੈਗ ਮਾਰਦਾ ਫਿਰ ਜੂਸ ਕਰਦਾ ਫਿਰ ਕੀ ਇੱਕ ਦਿਨ ਪੱਗ ਪਊਆ ਮਾੜਾ ਪੱਦ ਲਾ ਲਿਆ ਉਹਨੇ ਦੋ ਪਊਏ ਲਾ ਲਏ ਫਿਰ ਕਿਸੇ ਗੰਨਾ ਕਹਿੰਦਾ ਜੋ ਕੋਈ ਗਾਹਕ ਆ ਕਹਿੰਦਾ 3 ਗਲਾਸ ਜੂਸ ਦੇ ਦੇ ਕਾਲੀ ਕਾਲੀ ਚ ਵੀ 3 ਗਾਹਕ ਆ ਕੇ ਦਵਾ ਦਾ ਕੀ ਕੀਤਾ ਗੰਨਾ ਭੁੱਲ ਗਿਆ ਚਾਰੇ ਨੇ ਬਾਹ ਹੀ ਦੇਤੀ ਬਾਅਦ ਬਾਹ ਬਾਈ ਬਾਕੀ ਫਿਰ ਲੋਕਾਂ ਨੂੰ ਕਹੀ ਉਹ ਲਾਲ ਹੋ ਗਿਆ ਜੂਸ ਲਾਲ ਹੋ ਗਿਆ ਬੇਕੂਪ ਨੂੰ ਐਵੇਂ ਨਹੀਂ ਪਤਾ ਲੱਗਿਆ ਮੇਰੀ ਬਾਹ ਖੇਖਣ ਜੇ ਨਾ ਕਰੋ ਖੇਖਣ ਜੇ ਨਾ ਕਰੋ ਦੋ ਜਣੇ ਐਕਟਿੰਗ ਨਾ ਕਰੋ ਹਾਂ ਕਹਾਣੀ ਵਿਚਾਰੀ ਮੇਰੇ ਦਰਦ ਸੁਣਾਉਣੀ ਕੀੜੇ ਪਹਿਣ ਕੇ ਕਰ ਜਾ ਮੈਨੂੰ ਬੜਾ ਦੁੱਖ ਆਈ ਨਾ ਤੇਰੀ ਸਟੋਰੀ ਸੁਣ ਕੇ ਚੱਲ ਕੋਈ ਨਾ ਭੈਣ ਬਾਗ ਦੇ ਕੌਫੀ ਬਣਾਵਾਂ ਚੁੱਪ ਕਰ ਜਾ ਤੇਰਾ ਕਹਾਂ ਉਹ ਸਖਾ ਜੀ ਜਦੀ ਉਹ ਗੱਲ ਸੁਣ ਲੈ ਵਿਚਾਰੇ ਦੇ ਦਰਦ ਸੁਣ ਲਈ ਮੈਂ ਗੱਲ ਇਧਰ ਨੂੰ ਹੋ ਤੁਸੀਂ ਤੂੰ ਨਾ ਤੂੰ ਗੱਲ ਸੁਣ ਲੈ ਤੁਸੀਂ ਬਾਕੇ ਸੀ ਤੁਸੀਂ ਇੱਥੇ ਕਿਵੇਂ ਐ ਨਹੀਂ ਮੈਂ ਜਾਂਦੀ ਤੈਨੂੰ ਛੱਡ ਕੇ ਐ ਨਹੀਂ ਮੈਂ ਜਾਂਦੀ ਇਹ ਕੰਮ ਮੈਨੂੰ ਪਤਾ ਲੱਗਾ ਕਿ ਹੈ ਨਾ ਬੜਾ ਪਿਆਰ ਕਰਦੇ ਮੈਨੂੰ ਪਤਾ ਤੂੰ ਮੈਨੂੰ ਪਤਾ ਹੈ ਤੇ ਤੂੰ ਕਿਉਂ ਨਹੀਂ ਕਰਦਾ ਫਿਰ ਇੰਨੇ ਸਾਲਾਂ ਚ ਤੈਨੂੰ ਤਾਂ ਪਿਆਰ ਮੇਰਾ ਆਇਆ ਨਹੀਂ ਮੈਂ ਤਾਂ ਦਿਲ ਚੀਰ ਕੇ ਦਿਖਾ ਸਕਦਾ ਤੇਰੀ ਫੋਟੋ ਹੋਊਗੀ ਦੇਖ ਲੈ ਪਾਪੇ ਕਰਦ ਲਿਆ ਚੱਕ ਕੇ ਹਾਂ ਲਿਆ ਕਰਦ ਲਿਆ ਲਿਆ ਮੈਂ ਵੱਡ ਵੀ ਦਊ ਨਹੀਂ ਆ ਉਹ ਬਈ ਯਾਰ ਡਾਇਲੌਗ ਹੁੰਦਾ ਹੈ ਸੱਚੀ ਵਿੱਚ ਥੋੜੀ ਪਾੜ ਦਾ ਮੈਂ ਫੇਰ ਭਾਂਦਾ ਆਪਾਂ ਨੂੰ ਭੇਜ ਕੇ ਨਾ ਇਹਨੇ ਇਹ ਸਾਰਾ ਕੰਮ ਫੇਰ ਕਰੇ ਤੈਨੂੰ ਐ ਜਿਹੜੀ ਰਹਿੰਦੀ ਹੈ ਖੁੱਡੋ ਵੀ ਵੇਚਣਾ ਐ ਨਹੀਂ ਮੈਂ ਵਿਕਣ ਦਿੰਦੀ ਉਹ ਯਾਰ ਕਮਾਲ ਕਰੀ ਨਾ ਨਹੀਂ ਚਕੀਨੋ ਨਾ ਸਾਰੀ ਜ਼ਮੀਨ ਤੇਰੇ ਨਾਮ ਹੈ ਲਵਾ ਦਿੰਦਾ ਲਵਾ ਦੇ
जमीन लगा बापू तू भी गल कर ला तू गल सुन कर समझा कर तुसी ना छोटे दिमाग आले हो गल सुन लिया कर पहला मेरी तू आपदा कद देख के गल करया कर सुन की गल बड़े दिमाग आला बाला तू बड़ा बनया ओ गल सुन लिया करो पहला ओ स्टोरी इथे आई सी मैं उथे बेचारे ओ करी जांदी सी मैं कहया भई बाहर धुप फाली आ अंदर आया ते सर पाए कर ओ बेचारी रोन लाग गई ने जमा तेरे वरगा सी मेरे घर आला देख के बेचारा देख रहा हूं भाई कहंदी सी हुन घर आला बन गया तेरे वरगा ओदा तेरे वरगा हां जमा मेरे वर्गी भैन वर्गी कह नहीं दिंदे कह जमा मेरे बापू वर्गा पर तेरे वर्गा ना कोई होवे दुनिया तेरे वर्गा ना होवे दुनिया तरजू सारी तरजूगी जंदा बिटदा ता ऐ भी भेज क्यों दित्ती धरती भी रहूगी उदन ठीक है यार मैं सुन सुना तो नहीं करना मैं पेशाब कर पेशाब भी हम जेब च कर ला बापू गल सुन करो डॉक्टर मरीज नहीं होंगे मरीजा लगी होंगी थैली जी वो लिया दो मैं तो ला लाना तू पै जा मार के मुक्की तेरी मैं जी थैली लाऊंगी ना ज्यादा रखेगा मैं रोटी लाया करो बस इतनी मैं सारा कुछ कर लिया करो लंगर ना कि तेन हूने मैं पूड़े खवादा उन्हें खवाए नहीं तेन पूड़े किने उन्हें खीर पूड़े ओ बेचारी इन्ना दर्द भरे ले गई रोटियां थोड़ी लेके गई ओदा बेचारा सरबा करदी फिरदी जे चन्नी गल झूठी निकल गई ना तेरे लत्ता दा ना देखी मैं मिक्सचर कर दूं उठ के दे ना प्लांक भाई जा भाई ओए मारदा पेन सो जा चुप करके सो जा अजे तो होली बजी है चल ठीक है तू चाह पानी बापू नु प्यार रोटी रोटी खवा भूखा खा ली इस तरह से परौंठे खा ली वाली आ पैगा पापे तू भी ना परौंठे पकाए सी ले मैंने भी लिया दे फिर गोहा खा ला छोटी दिमाग छोटी दिमाग मेन खा लिया चल पै हूं नहीं बोलता मैं बापू जेदा कद बड़ा हुंदा फिर यह की करदा की करदा फिर यह बंदा सोच के दिल दिमाग ओहदा होई है ना फिर ओहनू वढ के छोटा करना पैंदा बापू ना मेन सौन दने जे पढ़ी लिखी होंगी तू पढ़ी लिखी होंगी जे तू माड़ी मोटी पढ़ लिख जाती ना फिर ओह नौकरी लग जाती फिर फिर गल ऐ आ नौकरी लगते तो वाहवा कुछ पैसा वाहवा हो जाता तेरे को घर जमीन सारा कुछ हो जाता छत्तीसवीं बेर खाल सारा कुछ खा ही मूह पाटी गल छ तू बेबे बारे दस बेबे ने की खवा बेबे तो टिंडिया लेनी चुप करके बापू सिर दुख लग गया मैं चाह चू बनवा के लिया पींदा नहीं बापू चाह मेरा पी ली असि आलू वाले खंड का कट्टा लिया बे सानू नो नो रे
निकल नी दंदी मैं तू मैडम नू मना लई गल ता मेरे को पहुंच जूगी जे तेन आपी जाऊ हौली हौली जो इन ए ना निकलना हथ बन के निकलू इथो बापू ए जमराज घर आला भी ना होवे किसे दा गेट ला जाने सौ गया मरता नहीं गया वे सौ गया आया पापे कुड़ी अगली ओनू बाई मेनू भाभी कह के गई है मेनू भाभी कह के गई है कुड़ी ओता बेचारी ब्याही हुई है हैं ओदा घर आला लाउंदा सी गन्ने दे जूस दी रेड़ी किते बेचारा गन्ना लाउंदा होना तीन गाहक आए सी सुन ला चाचा स्याणे बंदे दी गल तीन गाहक आए सी मसा ओता उहने ता चा चा च गन्ना ता लाया नहीं आपदी बाह ही ला ली बेचारे ने हैं जिते बाहां वड्डियां गईयां ओह बेचारी हुण दर दर भड़कदी फिरदी है ओता बाली गरीबणी आ मेरा ता रोणा निकल गया ओदे दुख भरी कहानी सुन के सुनो आ दस्सा की नहीं आया पहला मैनू चन्नी ने ते ओने कुड़ी ने आ गई चन्नी दी गल्लां च क्यों पहली गल तो कुड़ी ब्याही होई नहीं ले सुन ला तेनू की नहीं कहता भी आई भी जूस की रेहड़ी लाई तू ए दस वह मास्टर ने 70-75 हज़ार रुपये तनखा दे लैंदी है ओहदे घर जूस की रेहड़ी लाऊगा ये किहड़े ग्रंथ च लिखा है हाय पापे आपा तो सोचे ही नहीं ओ ड्रामे करदा सी आपा नू दोनां दी गल मिलाई चल फिर मान ली गल चल तू कहनी ब्याहा सीगा जूस दी ओह आ गई सी चल बाह आ गई ओदी फिर ओदे बाह नाल की कनेक्ट छोटे घरे मैं चन्नी नाल की कनेक्ट चल आए भी लागदे ओ कहंदा मैं कहदी मैं सर्वे करन आई सी भी नाले बाई कोल चाह पी आऊंगी बापू मार दंजर ਹਰ ਕੀ ਕਰਾਂ ਜਿਹੜੀ ਕੋਈ ਵਿਚਲੀ ਗੱਲ ਆ ਉਹ ਤਾਂ ਦੱਸ ਦੇ ਹੁਣ ਸਾਨੂੰ ਤੁਸੀਂ ਵੀ ਟਿਸ ਕਰਾਂ ਜੀ ਮਾਰੀ ਜਨ ਕੋ ਪਤਾ ਤਾਂ ਲੱਗ ਜੇ ਤੁਹਾਨੂੰ ਹਾਏ ਓਏ ਪਾਪਿਆ ਦੱਸਤਾ ਗੱਲ ਆ ਵੀ ਵਿਚਲੀ ਗੱਲ ਇਹੀ ਆ ਕੋਈ ਉਹ ਕੁਛ ਨਹੀਂ ਗਾ ਕੋਈ ਮਾਸਟਰ ਨਹੀਂ ਆਹ ਮਾਸਟਰ ਨਹੀਂ ਲੱਗੀ ਵੀ ਉਹਦੇ ਘਰ ਵਾਲਾ ਵਿਆਹ ਬੂ ਕਿਤੇ ਨਹੀਂ ਹੋਇਆ ਉਹਨੇ ਕੁੜੀ ਨੇ ਵਿਆਹ ਕਰਾਉਣਾ ਇਹ ਜਿਹੜੀ ਗੱਲ ਦਾ ਮੈਨੂੰ ਪਤਾ ਮੈਨੂੰ ਪੱਕੇ ਬੰਦੇ ਨੇ ਖਬਰ ਦੱਸੀ ਇਹ ਉਹਨੂੰ ਕਹਿੰਦਾ ਸੀ ਤੂੰ ਮੇਰੇ ਘਰ ਆਹ ਕਰ ਲਾ ਵੀ ਆਪਾਂ ਵਿਆਹ ਕਰਾ ਲੈਂਦੇ ਆ ਤੇ ਦੋ ਰੱਖਾਂਗੇ ਨੌਕਰ ਨਾ ਆਪ ਨੂੰ ਕੰਮ ਕਰਨ ਦੀ ਲੋੜ ਆ ਤੂੰ ਆਪ ਨੂੰ ਪਰੌਂਠੇ ਲਾ ਲਾ ਦਿਆ ਕਰਨਗੇ ਵੀ 75,000 ਰੁਪਏ ਤਨਖਾਹ ਆਉਂਦੀ ਆ ਤੇ 50,000 ਆਪਾਂ ਨੂੰ ਵਾਜਾ ਕਰੂ 25,000 ਰੁਪਏ ਆਪਾਂ ਦੇ ਦਿਆ ਕਰਾਂਗੇ ਕੁਛ ਮੇਰਾ ਠੇਕਾ ਆਉਂਦਾ ਗਾ ਆਪਾਂ ਐਸ ਕਰਾਂਗੇ ਆਹ ਸਕੀਮ ਲਾਈ ਵੀ ਸੀ ਇਹਨਾਂ ਦੀ ਤਾਂ ਤੁਸੀਂ ਤਾਂ ਹੋਰ ਹੀ ਮਗਰ ਲਾ ਕੇ ਬਹਿ ਗਏ ਸਾਰੀਆਂ ਗੱਲਾਂ ਸੁਣ ਕੇ ਮੈਂ ਫੇਰ ਕੁੜੀ ਭਜਾਤੀ ਹਾਏ ਮੈਂ ਕੁੱਟੀ ਕਿਉਂ ਨਾ ਹੋ ਪਹਿਲਾਂ ਤਾਂ ਇਹ ਕਾਰਡ ਕੂਡ ਬਣਾਉਂਦਾ ਪਹਿਲਾਂ ਤੀਵੀਆਂ ਤੋਂ ਇੱਧਰ ਪੈਸੇ ਖਾ ਲੇ ਇੱਧਰ ਦੇ ਦੇ ਐ ਕਰੀ ਜਾਂਦਾ ਸੀ ਤੇ ਹੁਣ ਆ ਮਾਸਟਰੀ ਪਸਾ ਲਈ ਆਪਾਂ ਨੂੰ ਕੀ ਕਹਾਣੀਆਂ ਦੱਸੀ ਜਾਂਦਾ ਬਾਬੇ ਮੈਂ ਤਾਂ ਦੁਖੀ ਹੋ ਗਈ ਮੈਂ ਤਾਂ ਦੁਖੀ ਹੋ ਗਈ ਮੈਨੂੰ ਜ਼ਹਿਰ ਦੇ ਦੇ ਮੈਨੂੰ ਜ਼ਹਿਰ ਦੇ ਦੇ ਇਹੋ ਜੇ ਘਰ ਲੱਭਣ ਨਾਲ ਮੈਂ ਤਾਂ ਆਈ ਜ਼ਹਿਰ ਦੇਣ ਵਾਸਤੇ ਕਹਿੰਦੇ ਆਇਆ ਉਹਨੂੰ ਕੰਜਰ ਨੂੰ ਸੰਭਾਲੀਏ ਕੁਛ ਉਹਨੂੰ ਨਾਲੇ ਤਾਂ ਉਹ ਜਿਹੜੀ ਵਿਆਹ ਕਰਾਉਣ ਨੂੰ ਫਿਰਦੀ ਹੈ ਇਹ ਵਿਆਹਿਆ ਹੋਇਆ ਕੰਜਰ ਉਹਨੂੰ ਇਹ ਨਹੀਂ ਪਤਾ ਚਲ ਭਾਈ ਹੁਣ ਤਾਂ ਮੈਂ ਕਹੇ ਉਹ ਤਾਂ ਮੈਂ ਜਾਇਆ ਹੁਣ ਸਕੂਲ 'ਚ ਸਮਝਾਇਆ ਆਊਂਗਾ ਗੱਲ ਦੇਗੀ ਇਹਦੀ ਇਹਦੇ ਸੰਗ ਇਹਨੂੰ ਸਮਝਾ ਦੇ ਜੇ ਸਮਝਣਾ ਸਮਝ ਜਾ ਤੇ ਨਹੀਂ ਚੁੱਪ ਕਰਕੇ ਕਹਿੰਦੇ ਜਿਹੜਾ ਕੁਛ ਹੈਗਾ ਭਾਈ ਸਾਰਾ ਮੇਰੇ ਨਾਲ ਲਵਾ ਪਹਿਲਾਂ ਸਾਰਾ ਕੁਛ ਆਦੇ ਨਾਲ ਲਵਾ ਲਾ ਤੇ ਮੁੜ ਕੇ ਮਾਰੀ ਲੱਤ ਜੇ ਮੇਰੇ ਨਾਲ ਗੱਲ ਨਾ ਲਵਾ ਕੇ ਨਾ ਇਹਨੂੰ ਕੱਢੀਏ ਘਰੋਂ ਆਪਾਂ ਆਹੋ
खतरा चक जाऊगा फिर मैं जमीन दा की करू जो कंजर ही ना करे रहा और मेरे पैर तो पिया करू जो सारा समान तेरे नौ लग गया ना सारा कुछ तेरे को कमाल करी जाने तू चल चंगा फिर लाने स्कीम मेरे तो भापे बीपी लो हो गया पर मैं तो पैनी हूं मैं तो थक चल सरपंच मैं कर दी कोई हल हजे तो मैं सारी कहानी दस मैं तो सुननी है भाई मैं तो बोल मैं भी ये सारा कुछ ठीक करा के ना फिर ही जाऊं इना को फिर की कराउना का मैं तो बुखार हो गया भापे बोलना ते तीन चार मोरे छुट्टियां आउंदी हैं हां ठीक है हां ये दसी दा नहीं अज आई भी है उनु कहे खड़ा कर अंदर पेगा बाकी गल्ला ना करो कहे चार चार आ जा दिल पाड़ के देख ला बापू तेन भी सौखा हो भाई मेरा मन फिर ही खड़ूगा चल लवा भाई जे तू ए जमीन लवाती तू जमा सही है चार गला मेनू कर दो फिर सरपंच गलत आगे पचा दो चनी पर छोटे घरे खंड नहीं आनी रोज कह दू साडे खंड है नहीं सारे पिंड दे घरे खंड वाजू हाए ओए ओ सरपंचा इह ना हुण मेरे जड़ां च पै गया हुण कीता वी की आ यार कोई गल कोई जमीन तलवा दूं नाम ते इहनू नहीं छड़दा सरपंच नूं पै जाओ कोई गल नहीं इक्को गल वा उधर भी आपां दे पर इधर सरप वी रखांगे आपां नहीं मैनूं बुलाउणा चलाउणा नहीं कुछ भी नहीं जमीन ला चल ठीक खंड ता है नी गुड़ दी बना लंदी गुड़ ते पई आ गुड़ ता अपनी है का पत्ती है कल्ली पत्ती मैं करके पी लूंगी ओदी चल मैं कट लेमन ओ बना ले नींबू पा के बना ले ओदी जो मर्जी कर चनी जो मर्जी ना कर मेरिया नजर डिग पिया ना मैं तेन चक्का चुप करके पर बंदे दा पुत बन के ना मेरे नाम जमीन करा दे बस की करा दा जमीन करा दे ओ सारा कुछ तेरा ही है मैं भी तेरा जमीन भी तेरी सारा कुछ तेरा ही है मैं ते लोड नहीं तेरी जो मर्जी कर जिथे मर्जी फिर मैडम नाल फिर मोटो नाल फिर टोबे वाली नाल फिर फलानी टमकानी जिद मर्जी फिर खुलिया छुट्टियां ने पर मेरे ना जमीन करा दे नहीं मैं तेरे सामने मरू जहर की बोतल लेके हूं ही मरूंगी जमीन लगा दा ना जे मेरी नहीं लोड़ तो मेरी जमीन की क्या नहीं लोड़ तू तलाक दे के परे कर क्यों ने मैं तेन तलाक मरने तेरे वर्गी ने सारे दुनिया ते होर कोई है ही नहीं चज दा बंदा वो गल सुनदा है तू मेरे नाल लड़दी क्यों है मैं तो लड़दी नहीं मैं तेन बुलाउंदी भी नहीं जिवें कहेंगा उवें हो बस जेड़ी गल तेन कही ओ कर तेन रोटी पण टाइम ते मिलूगा बस जमीन तेरे नाम लवाना है गल सुन ला मेरी जमीन तो तेरे नाम में लवा दूंगा जमीन की कोई गल नहीं हिली के जाना झूला पैर तेन वो तो मैं गल करदा यार बंदे मैं गल सुन जमीन तेरे नाम लवा दूंगा
गल सुन ला मेरी, जे मेनू टोकया ओ कीता ए कीता भी तू किधर जा रहा आए नी, मेनू आजाद करना वो तेनू आजाद 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 हम तो तुझे मर्जी करता पिंजरे चो जट्टी ने शेर नू चल ते नू सच कुत्ते नू भलेखे ना निकल गए इस मुंह चो। मैं तो कराउंदा नहीं जमीन ना। क्यों? मैं तो कुत्ता है। बारह किले समझ लै एक तरह दे समझ लै गए पिछू गल कट दे मेरे सारे कागज पत्र भुला दे पहला चाहिए आधार कार्ड फिर राशन कार्ड फिर पैसे भी चाहिए हूँ गल घटो घट तेरे नाम कराने वास्ते घटो घट लख डेढ़ लख रुपया चाहिए ओ बल्ले तेरे सारे 15,000 रुपये लगता मारी जाना मैंने तो कासे का पता ही नहीं 15,000 किले का लगता दे किन्ने किले फिर दे लो हिसाब ना ला फिर भाई सारे दे लगता हूं जा तू खून दे नाम खून दे रिश्ते नु आई कर खून दा रिश्ता कल्ला होगा तेरे नाल मेरा तेरी घर वाली है मैं कंजरा जवाका भी नहीं लगा खून हो गया फिर अपने दोनों कट्ठा खून हो गया ना तू आई कर बे तू मेरे वाला खून ले ला इको जी हो जूगा बस तू खून कट दे बस बुला ला डॉक्टर दे किन्नी बोतल कटा एक टीका दूंगी बोतल दे दे इथे खून दी सारी बोतल देवणी बे बस तेरे ते चढ़ाउणी पैणी ओ कावत ही सही होए एक टीका दूंगी खून दा ओ मग्गा काणी पतला बड़ा आ तेरा मेरा खून काट दो ओ डॉक्टर कहियो वे ना कट खून ना कढा ना कढा भई नहीं कढा मेरे जिद मेरे ते भई खून नमा आ जूगा ओ खून कढ लिया बाद च कढ लिया खून बहुत खुश होवे ओ भई पैसे धर इथे कोई पैसे कदे पैसे कदे कहना मैं कहा मैं खून देना तुसी दो कहे तेरे चार बोतल चढ़ाइया तेरे खून दिया मैं चंगा वे तेरी भी मजाक करन दी आदत नहीं जांदी चंगा केड़े बुढ़े नूं जान दा सारे दिन तीवियां मगर फिरदा रहना जा कागज पत्तर तैयार करा ला फिर तीन छुट्टियां ने फिर कोई फिर तीन छुट्टियां आ गईयां ना फिर की हुंदा फिर पत्तर नूं छुट्टी लाई तो नहीं अज कोई छुट्टी नहीं अज तू भग जा ओए तहसीलदार नहीं आई नहीं अज मैनूं पता ओहदा फोन आया सी मेरे कोल कीदा फोन आया सी घड़ी ते मेरा दिमाग चकता वे माड़े बंदे नाल बाह पै गई।